ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੁਹਾਨੂੰ ਮੈਂ ਗੱਲ ਚੇਤੇ ਕਰਾਉਣੀ ਹੈ। ਮੈਂ ਸਭ ਤੋਂ ਪਹਿਲਾਂ ਵੀਡੀਓ ਪਾਈ ਸੀ ਡਾਕਟਰ ਲਖਵੀਰ ਸਿੰਘ ਸਿਹਤ ਅਫਸਰ ਦੀ, ਜਿਹੜੇ ਨੇ ਰਿਟਾਇਰਮੈਂਟ ਲਈ ਹੈ। ਮੈਂ ਉਦੋਂ ਕਿਹਾ ਸੀ ਵੀ ਇਹ ਬੰਦਾ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਨਾਲ ਮੀਡੀਆ ਰੱਖਦਾ ਅਤੇ ਹੋਟਲ ਵਿੱਚ ਜਾ ਕੇ ਕਹੂਗਾ ਜੀ ਆਹ ਖੋਆ ਨਕਲੀ ਹੈ, ਆਹ ਪਨੀਰ ਨਕਲੀ ਹੈ, ਆਹ ਜੂਸ ਨਕਲੀ ਹੈ, ਆਹ ਬਰਫ਼ ਜੂਸ ਵਿੱਚ ਪੈ ਨਹੀਂ ਸਕਦੀ, ਆਹ ਤੇਲ ਨਕਲੀ ਹੈ, ਅਤੇ ਜਾਣੀ ਕਿ ਇਹੋ ਜਿਹੀਆਂ ਵੀਡੀਓ ਪਾ ਪਾ ਕੇ ਮਸ਼ਹੂਰ ਕੀਤਾ। ਮੈਂ ਉਦੋਂ ਹੀ ਕਿਹਾ ਸੀ ਵੀ ਇਹ ਬੰਦਾ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਰਾਜਨੀਤੀ ਦੇ ਪਿੜ ਵਿੱਚ ਆਉਣਾ ਚਾਹੁੰਦਾ, ਅਤੇ ਅੱਜ ਗੱਲ ਸੱਚ ਹੋ ਗਈ। ਅੱਜ ਫੜ ਲਿਆ ਝਾੜੂ ਹੁਸ਼ਿਆਰਪੁਰ ਤੋਂ। ਜਦੋਂ ਇੱਕ ਮੈਂ ਹੋਰ ਬੇਨਤੀ ਕਰਦਾ, ਜਿਹੜੇ ਬੰਦੇ ਨਾ ਰਾਜਨੀਤੀ ਕਰ ਨਹੀਂ ਜਾਣਦੇ, ਅਕਲ ਤੋਂ ਖਾਲੀ ਨੇ, ਉਹਨਾਂ ਨੂੰ ਸਟੇਟਮੈਂਟ ਦੇਣ ਵਾਸਤੇ ਵੀ ਅਕਲ ਆਉਂਦੀ ਨਹੀਂ। ਇੱਕ ਤੁਸੀਂ ਰਜਤ ਸ਼ਰਮਾ ਦਾ ਸ਼ੋਅ ਵੇਖਿਆ ਹੋਣਾ, ਉਹਦੇ ਵਿੱਚ ਵੱਡੇ ਵੱਡੇ ਪੋਲੀਟੀਸ਼ੀਅਨ, ਵੱਡੇ ਵੱਡੇ ਫਿਲਮ ਸਟਾਰ ਜਾਂ ਰਾਜਨੀਤਿਕ ਵੱਡੇ ਵੱਡੇ ਕਲਾਕਾਰ ਉਹਨੇ ਬੁਲਾਏ ਨੇ, ਅਤੇ ਉਸ ਬੰਦੇ ਦੀ ਮੈਂ ਇੱਕ ਸਿਫਤ ਕਰਦਾ। ਉਹਨੇ ਬਹੁਤ ਵਧੀਆ ਢੰਗ ਨਾਲ ਕਿਹਾ, ਕਹਿੰਦਾ ਵੀ ਜਿੰਨੇ ਲੀਡਰ ਆਉਂਦੇ ਨੇ ਉਹ ਕਹਿੰਦਾ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਕਹਿੰਦਾ ਫਿਲਮੀ ਐਕਟਰ ਆਉਂਦੇ ਨੇ ਕਹਿੰਦਾ ਉਹ ਐਕਟਿੰਗ ਕਰ ਕਰਕੇ ਇੰਨੇ ਕੁ ਪੱਕ ਚੁੱਕੇ ਨੇ, ਕਹਿੰਦੇ ਉਹ ਸੱਚ ਬੋਲਦੇ ਨੇ, ਐਕਟਰ ਨਹੀਂ ਕਰਦੇ, ਕਹਿੰਦੇ ਅਸਲੀ ਕਿਰਦਾਰ ਵਿੱਚ ਉਹ ਬੰਦੇ, ਕਿਉਂਕਿ ਉਹਨਾਂ ਨੇ ਫਿਲਮਾਂ ਰਾਹੀਂ ਪੈਸਾ ਕਮਾਇਆ, ਰੱਜੇ ਪੁੱਜੇ ਨੇ ਅਤੇ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਨੇ। ਉਹ ਉਹਨਾਂ ਦੇ ਮਨ ਵਿੱਚ ਹਾਲੇ ਇੱਕ ਕਹਿ ਲਈਏ ਪੰਜਾਬ ਲਈ ਜਾਂ ਜਿੱਥੋਂ ਦੀ ਉਹ ਸਟੇਟ ਦੇ ਵਿੱਚ ਰਹਿੰਦੇ ਨੇ, ਸੂਬੇ ਵਿੱਚ ਰਹਿੰਦੇ ਨੇ, ਉਹਦੇ ਲਈ ਉਹਨਾਂ ਕੋਲ ਪਿਆਰ ਹੈ ਕਿ ਅਸੀਂ ਆਪਣੇ ਲੋਕਾਂ ਲਈ ਕੁਝ ਕਰੀਏ। ਰਜਤ ਸ਼ਰਮਾ ਦਾ ਸ਼ੋਅ ਤੁਸੀਂ ਦੇਖ ਸਕਦੇ ਹੋ, ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਹੋਇਆ। ਅਤੇ ਜਦੋਂ ਅੱਜ ਡਾਕਟਰ ਲਖਵੀਰ ਸਿੰਘ ਸਾਬਕਾ ਸਿਹਤ ਅਫਸਰ ਨੂੰ ਪੁੱਛਿਆ ਗਿਆ ਕਿ ਤੁਸੀਂ ਰਾਜਨੀਤੀ ਵਿੱਚ ਆ ਗਏ ਹੋ, ਇਲੈਕਸ਼ਨ ਲੜੋਗੇ, ਕਹਿੰਦੇ ਹਾਂ ਲੜਾਂਗੇ, ਸਿੱਧਾ ਹੀ ਕਹਿਤਾ। ਜਾਣੀ ਕਿ ਕੋਈ ਵਿੰਗ ਬਲ ਪਾ ਕੇ ਜਾਂ ਕੋਈ ਰਾਜਨੀਤੀ ਸਟੰਟ ਦੇ ਰਾਹੀਂ ਨਹੀਂ ਗੱਲ ਕੀਤੀ, ਸਿੱਧਾ ਹੀ ਕਹਿਤਾ, ਕਹਿੰਦੇ ਹਾਂ। ਫਿਰ ਨਾਲ ਹੀ ਪੱਤਰਕਾਰ ਪੁੱਛਦਾ, ਕਹਿੰਦੇ ਦਾਇਰਾ ਵਧੂਗਾ ਜਾਂ ਘਟੂਗਾ, ਕਹਿੰਦੇ ਹਾਂ ਜੀ ਹੋ ਸਕਦਾ ਵਧੇ, ਹੋ ਸਕਦਾ ਵਧੇ ਨਹੀਂ, ਜੁੱਤੀਆਂ ਪੈਣ ਨੂੰ ਤਿਆਰ ਨੇ, ਚੇਤੇ ਰੱਖੀ ਮਾੜਾ ਜਿਹਾ। ਹੁਣ ਮੈਂ ਸਭ ਤੋਂ ਪਹਿਲਾਂ ਵੀਡੀਓ ਪਾ ਕੇ ਕਰਤੂਤ ਦੱਸੀ ਸੀ ਵੀ ਇਹ ਬੰਦਾ ਮਸ਼ਹੂਰ ਹੋ ਕੇ ਇਲੈਕਸ਼ਨ ਲੜੂਗਾ, ਅਤੇ ਅੱਜ ਝਾੜੂ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਹੁਣ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ, ਇਹਨਾਂ ਨੂੰ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਵੀ ਜਿਹੜੇ ਇਹੋ ਜਿਹੇ ਬੁੱਕਲ ਦੇ ਸੱਪ ਲੋਕ ਨੇ ਨਾ, ਇਹਨਾਂ ਤੋਂ ਬਚਣਾ ਚਾਹੀਦਾ। ਜਿਸ ਬੰਦੇ ਨੇ ਰਾਜਨੀਤੀ ਵਿੱਚ ਆਉਣ ਵਾਸਤੇ ਐਡੇ ਵੱਡੇ ਸਟੰਟ ਕੀਤੇ, ਕੋਈ ਤਕੜਾ ਨਹੀਂ ਫੜਿਆ ਸੀ ਇਹਨੇ ਹੋਟਲ ਦਾ ਮਾਲਕ, ਕੋਈ ਰੇਹੜੀ ਲਾਈ ਖੜਾ ਸੀ ਸੜਕ ਦੇ ਕੰਢੇ 'ਤੇ ਉਹ ਫੜ ਲਿਆ, ਕੋਈ ਪਕੌੜੇ ਵੇਚਦਾ ਸੀ, ਕੋਈ ਚਾਹ ਦਾ ਕੰਮ ਕਰਦਾ ਸੀ, ਮਾੜੇ ਮੋਟੇ ਹੋਟਲਾਂ ਵਾਲੇ ਫੜ ਕੇ ਕਹਿ ਲਈਏ ਮਸ਼ਹੂਰ ਹੋ ਗਿਆ, ਅਤੇ ਹੁਣ ਸਾਫ਼ ਹੋ ਗਿਆ। ਕਹਿੰਦਾ ਜੀ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜਾਂਗੇ ਆਪਾਂ, ਅਤੇ ਪੱਤਰਕਾਰ ਕਹਿੰਦਾ ਦਾਇਰਾ ਲੋਕਾਂ ਦਾ ਵਧੂ, ਕਹਿੰਦਾ ਹਾਂਜੀ ਵਧੂਗਾ, ਹੋ ਸਕਦਾ ਵਧੂਗਾ, ਜਾਣੀ ਕਿ ਗਰੰਟੀ ਨਹੀਂ ਕੋਈ ਹੈਗੀ। ਡਾਕਟਰ ਲਖਵੀਰ ਸਿੰਘ ਜੀ, ਮੈਂ ਤੁਹਾਨੂੰ ਇੱਕ ਨਸੀਹਤ ਦੇਣੀ ਹੈ, ਜੇ ਨਹੀਂ ਪਤਾ ਤਾਂ ਲੋਕਾਂ ਤੋਂ ਪਤਾ ਕਰ ਲਿਓ, ਮੇਰਾ ਨਾਂ ਗਿਆਨੀ ਬੂਟਾ ਸਿੰਘ ਹੈ। ਜਦੋਂ ਸੁਖਵੀਰਵਾਲ ਨੇ ਜੁੱਤੀ ਮਾਰੀ ਸੀ ਨਾ, ਉਦੋਂ ਬੇਅਦਬੀ ਦਾ ਮੁੱਦਾ ਸੀ, ਮੈਂ ਉੱਥੇ ਚੈਲੰਜ ਕੀਤਾ ਸੀ ਕਿ ਸੁਖਵੀਰ ਬਾਦਲ ਤੇਰੇ ਸਾਰੇ ਪਰਿਵਾਰ ਨੂੰ ਹਰਾ ਕੇ ਛੱਡੂ, ਮੇਰੀ ਇੱਕ ਜੁੱਤੀ ਨੇ ਸਾਰਾ ਪਰਿਵਾਰ ਹਰਾਇਆ ਸੀ, ਚੇਤੇ ਕਰ ਲਿਓ। 2022 ਦੇ ਵਿੱਚ ਵੱਡਾ ਬਾਦਲ ਵੀ ਹਰਿਆ, ਸੁਖਵੀਰ ਬਾਦਲ ਵੀ ਹਰਿਆ, ਠੀਕ ਹੈ, ਅਤੇ ਮਜੀਠੀਆ ਵੀ ਹਰਿਆ, ਇਹ ਤਿੰਨ ਬੰਦੇ ਮੇਨ ਸੀ
ਬਾਦਲ ਪਰਿਵਾਰ ਦੇ, ਇਹ ਹਰੇ ਨੇ। ਔਰ ਉਸ ਵਕਤ ਜੁੱਤੀ ਮਾਰ ਕੇ ਮੈਂ ਚੈਲੰਜ ਕੀਤਾ ਸੀ। ਹੁਣ ਡਾਕਟਰ ਲਖਵੀਰ ਜੀ ਤੁਹਾਨੂੰ ਵੀ ਚੈਲੰਜ ਹੈ, ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜੋਗੇ ਨਾ, ਅਤੇ ਮੈਨੂੰ ਦਰਖਤ ਦੀਆਂ ਜੜ੍ਹਾਂ ਵਿੱਚ ਪਾਣੀ ਪਾ ਕੇ ਦਰਖਤ ਹਰਾ ਕਰਨਾ ਵੀ ਆਉਂਦਾ, ਅਤੇ ਤੁਹਾਡੇ ਵਰਗੀਆਂ ਕਤੀੜਾਂ ਦੀਆਂ ਜੜ੍ਹਾਂ ਵਿੱਚ ਤੇਲ ਪਾ ਕੇ ਨਾ ਤੁਹਾਡੀਆਂ ਜੜ੍ਹਾਂ ਹਿਲਾਉਣੀਆਂ ਵੀ ਆਉਂਦੀਆਂ ਨੇ। ਲੜਿਓ ਇਲੈਕਸ਼ਨ, ਤੁਹਾਡੀ ਇਕੱਲੀ ਇਕੱਲੀ ਕਰਤੂਤ ਦੱਸਾਂਗੇ। ਔਰ ਜਿਹੜਾ ਤੁਹਾਡੇ ਨਾਲ ਦਲਾਲ ਮੀਡੀਆ ਸੀ ਨਾ, ਤੁਹਾਨੂੰ ਹਾਈਲਾਈਟ ਮਸ਼ਹੂਰ ਕਰਨ ਵਾਲਾ, ਅਤੇ ਉਹ ਮੀਡੀਆ ਨੂੰ ਵੀ ਚੈਲੰਜ ਹੈ, ਲਾਓ ਜਿੰਨਾ ਜ਼ੋਰ ਲਾਉਣਾ ਤੁਸੀਂ ਡਾਕਟਰ ਸੁਖਵੀਰ ਵਾਸਤੇ, ਲਖਵੀਰ ਵਾਸਤੇ, ਲਾਓ ਜਿਹੜਾ ਜ਼ੋਰ ਲਾਉਣਾ, ਹਰਾ ਕੇ ਦਿਖਾਵਾਂਗੇ ਹੁਸ਼ਿਆਰਪੁਰ ਤੋਂ। ਜੇ ਜਵਾਨਤ ਜਬਤ ਨਾ ਹੋਏ ਤਾਂ ਮੈਨੂੰ ਗਿਆਨੀ ਬੂਟਾ ਸਿੰਘ ਨਾ ਕਿਉਂ। ਯਾਰ ਤੁਸੀਂ ਕਿਹੜੀਆਂ ਕਰਤੂਤਾਂ ਕਰਦੇ ਹੋ, 3 ਲੱਖ ਰੁਪਈਆ ਤੇਰੀ ਮਹੀਨੇ ਦੀ ਤਨਖਾਹ ਹੋਵੇ, ਅਤੇ ਹੋਰ ਪਤਾ ਨਹੀਂ ਵੱਡੇ ਹੋਟਲਾਂ ਵਾਲੇ ਤੋਂ ਕਿੰਨਾ ਕੁਛ ਇਕੱਠਾ ਕੀਤਾ ਹੋਣਾ, ਜਿਹੜਾ ਇਲੈਕਸ਼ਨ ਵਿੱਚ ਖਰਚਾ ਹੋਣਾ ਹੈ ਉਹ ਪਹਿਲਾਂ ਹੋਟਲਾਂ ਵਾਲੇ ਤੋਂ ਇਕੱਠਾ ਕੀਤਾ ਹੀ ਹੋਣਾ, 15-20 ਕਰੋੜ ਰੁਪਈਆ ਘੱਟੋ ਘੱਟ, ਇਹ ਘੱਟੋ ਘੱਟ ਹੈ, ਇੰਨਾ ਕੁ ਇਲੈਕਸ਼ਨ 'ਤੇ ਖਰਚਾ ਆਉਂਦਾ ਹੀ ਆਉਂਦਾ, ਅਤੇ ਇਲੈਕਸ਼ਨ ਦਾ ਖਰਚਾ ਪਹਿਲਾਂ ਇਕੱਠਾ ਕਰ ਲਿਆ, ਹਾਈਲਾਈਟ ਵੀ ਹੋ ਗਿਆ, ਮਸ਼ਹੂਰ ਵੀ ਹੋ ਗਿਆ। ਪਰ ਹੁਣ ਮੈਂ ਦੱਸੂੰ ਵੀ ਹੁਸ਼ਿਆਰਪੁਰ ਤੋਂ ਇਲੈਕਸ਼ਨ ਕਿੱਦਾਂ ਜਿੱਤੀ ਦੀ ਹੈ, ਹਰਾ ਕੇ ਦਿਖਾਵਾਂਗੇ, ਜਵਾਨਤ ਜ਼ਬਤ ਕਰਾ ਕੇ ਦਿਖਾਵਾਂਗੇ, ਤਕੜਾ ਹੋ ਜੀ। ਜਿਹੜਾ ਤੇਰੇ ਨਾਲ ਦਲਾਲ ਮੀਡੀਆ ਸੀ ਨਾ ਤੈਨੂੰ ਮਸ਼ਹੂਰ ਕਰਨ ਵਾਲਾ, ਉਹਨੂੰ ਵੀ ਦੱਸ ਦੀ ਵੀ ਗਿਆਨੀ ਬੂਟਾ ਸਿੰਘ ਕੌਣ ਹੈ। ਵੈਸੇ ਤਾਂ ਦਲਾਲ ਮੀਡੀਆ ਨੂੰ ਮੇਰੇ ਬਾਰੇ ਪਤਾ ਹੀ ਹੈ, ਚੰਗੀ ਤਰ੍ਹਾਂ ਪਤਾ ਵੀ ਮੈਂ ਕਿੱਦਾਂ ਪਰਤਾਂ ਖੋਲ੍ਹਦਾ ਹੁੰਦਾ। ਪਰ ਇਹ ਮੈਂ ਵੀਡੀਓ ਨਾ ਸਭ ਤੋਂ ਪਹਿਲਾਂ ਪਾਈ ਸੀ ਵੀ ਇਹ ਡਾਕਟਰ ਲਖਵੀਰ ਸਿੰਘ ਜਿਹੜਾ ਇਹ ਰਾਜਨੀਤੀ ਵਿੱਚ ਆਉਣ ਵਾਸਤੇ ਸਟੰਟ ਕਰ ਰਿਹਾ, ਇਹ ਮੈਂ ਦੱਸਤਾ ਸੀ ਲੋਕਾਂ ਨੂੰ। ਪਰ ਸਾਡੇ ਲੋਕ ਜਿਹੜੇ ਨੇ ਇਹ ਲਾਈ ਲੱਗਣੇ ਨੂੰ ਬਦਲਾਅ ਚਾਹੀਦਾ ਹੁੰਦਾ, ਇਹਨਾਂ ਧੜਾ ਧੜ ਚਮਚਾਗਿਰੀ ਕਰਕੇ ਭੇਡਾਂ ਵਾਂਗੂ ਪਿੱਛੇ ਲੱਗਣਾ ਹੁੰਦਾ, ਅਤੇ ਹੁਣ ਦੇਖ ਲਓ ਨਤੀਜਾ। ਤੁਸੀਂ ਜਿਹੜਾ ਬੰਦਾ 3 ਲੱਖ ਦੀ ਨੌਕਰੀ ਕਰਦਾ ਸਰਕਾਰੀ, ਉਹਨੂੰ ਸਬਰ ਨਹੀਂ ਆਇਆ, ਲੋਕਾਂ ਦੇ ਨਾਲ ਕਿੱਦਾਂ ਖਿਲਵਾੜ ਕਰੂਗਾ ਜੇ ਜਿੱਤ ਜਾਂਦਾ ਇਹੋ ਜਿਹਾ ਬੰਦਾ। ਪਰ ਜਿੱਤਣਾ ਨਹੀਂ ਦਿੰਦੇ, ਕੋਈ ਗੱਲ ਨਹੀਂ, ਬੇਫਿਕਰ ਰਹੋ, ਬੇਫਿਕਰ ਰਹੋ, ਜੜ੍ਹਾਂ ਹਿਲਾ ਕੇ ਛੱਡਾਂਗੇ। ਇਹ ਡਾਕਟਰ ਲਖਵੀਰ ਨੂੰ ਚੈਲੰਜ ਹੈ, ਇਹ ਵੀਡੀਓ ਸੁਣ ਲਈ, ਕੰਨ ਖੋਲ੍ਹ ਕੇ ਸੁਣ ਲਈ। ਮੈਂ ਗਿਆਨੀ ਬੂਟਾ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।